ਮਿੱਟੀ ਵਿਰਾਸਤ ਬੱਬਰਾ ਦੀ ਦਾ ਪਹਿਲਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦਾ ਟ੍ਰੇਲਰ ਕਦੋਂ ਆਉਣਾ ਇਹ ਤਾਂ ਹਜੇ ਪੱਕਾ ਨਹੀਂ ਹੈ, ਪਰ ਫਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਹਰੀਦੇ ਸ਼ੇਟੀ ਜੀ ਨੇ। ਦੱਸ ਦਈਏ ਕਿ ਹਰੀਦੇ ਸ਼ੇਟੀ ਪਹਿਲੀ ਵਾਰ ਕੋਈ ਪੰਜਾਬੀ ਫਿਲਮ ਡਾਇਰੈਕਟ ਕਰ ਰਹੇ ਹਨ। ਬੀਜੇਪੀ ਦੀ MP ਹੇਮਾ ਮਾਲਨੀ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਹੇਮਾ ਮਾਲਨੀ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਉਹ ਇਸ ਫਿਲਮ ਦਾ ਹਿੱਸਾ ਹੈ। ਇਸ ਦੀ ਕਹਾਣੀ ਸਿਰਫ ਇੰਸਪਾਇਰ ਹੀ ਨਹੀਂ ਬਲਕਿ ਅੱਜ ਕੱਲ੍ਹ ਦੇ ਪੰਜਾਬ ਦੀ ਹਾਲਤ ਬਾਰੇ ਵੀ ਦਰਸਾਉਂਦੀ ਹੈ। ਉੱਥੇ ਹੀ ਹਰੀਦੇ ਸ਼ੇਟੀ ਦਾ ਕਹਿਣਾ ਹੈ ਕਿ ਇਹ ਫਿਲਮ 5 ਸਿੱਖਾਂ ਉੱਤੇ ਨਿਰਭਰ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰ ਦਿੱਤਾ ਤਾਂ ਜੋ ਆਉਣ ਵਾਲੀ ਪੀੜ੍ਹੀ ਖੁੱਲ੍ਹ ਕੇ ਜੀ ਸਕੇ। ਇਸ ਫਿਲਮ ਦਾ ਪਹਿਲਾ ਪੋਸਟਰ ਤਾਂ ਰਿਲੀਜ਼ ਹੋ ਚੁੱਕਾ ਹੈ, ਪਰ ਟੀਜ਼ਰ 15 ਜੁਲਾਈ ਨੂੰ ਰਿਲੀਜ਼ ਹੋ ਜਾਵੇਗਾ। ਇਸ ਫਿਲਮ 'ਚ ਕੁਲਵਿੰਦਰ ਸਿੱਧੂ, ਜਪਜੀ ਖਹਿਰਾ, ਜਗਜੀਤ ਸੰਧੂ, ਨਿਸ਼ਾਨ ਭੁੱਲਰ ਦੇਖਣ ਨੂੰ ਮਿਲ ਸਕਦੇ ਹਨ।